ਦੇਸ਼ ਦੇ ਆਜ਼ਾਦੀ ਘੁਲਾਟੀਏ ਦੇ ਸੰਦਰਭ ਦੇ ਵਿਚ ਆਪਣਾ ਯੋਗਦਾਨ ਪਾਉਣ ਵਾਲੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਗਿੱਦੜਵਾਹਾ ਦੇ ਦੋ ਆਜ਼ਾਦੀ ਘੁਲਾਟੀਏ ਦੇ ਪੋਤਿਆਂ ਨੇ ਪੁਲਿਸ ਤੇ ਅਤਿਆਚਾਰ ਕਰਨ ਦੇ ਦੋਸ਼ ਲਗਾਏ ਨੇ। ਜ਼ੇਰੇ ਇਲਾਜ ਆਜ਼ਾਦੀ ਘੁਲਾਟੀਏ ਦੇ ਪਰਿਵਾਰ ਦੇ ਇਨ੍ਹਾਂ ਮੈਂਬਰਾਂ ਦੇ ਅਨੁਸਾਰ ਰਾਜਨੀਤਿਕ ਸ਼ਹਿ ਤੇ ਉਨ੍ਹਾਂ ਦੇ ਉੱਤੇ ਧੱਕਾ ਕੀਤਾ ਜਾ ਰਿਹਾ। ਮੇਰਾ ਨਾਮ ਜੀ ਜਗਰੂਪ ਸਿੰਘ, ਪਿੰਡ ਮਦੀਰ ਹੈ ਜੀ। ਕੀ ਗੱਲ ਕੀ ਹੋਈ ਬਾਈ ਜੀ? ਮੈਂ ਇੱਕ ਸਾਡੇ ਪਿੰਡ ਦੇ ਵਿੱਚ ਛੱਪੜ ਦੀ ਚਾਰ ਦੁਆਰੀ ਦੀ 29 ਦਿਨ 12 ਨੂੰ ਇੱਕ ਉੱਥੇ JCB ਭੰਨੀ ਗਈ ਸੀ। ਉਹ ਮੈਂ ਉਹਦੇ ਵਿੱਚ ਮੌਕੇ ਦਾ ਅਗਵਾਹ ਸੀ। ਮੈਂ ਆਜ਼ਾਦੀ ਘੁਲਾਟ ਕੇ ਸੁਤੰਤਰਤਾ ਸੈਨਾਨੀ ਸਰਦਾਰ ਗਿਆਨੀ ਲਾਭ ਸਿੰਘ ਅਤੇ ਉਹਨਾਂ ਦੇ ਭਾਈ ਸੁਤੰਤਰਤਾ ਸੈਨਾਨੀ ਸਰਦਾਰ ਨਾਰਾਇਣ ਸਿੰਘ, ਉਹਨਾਂ ਦਾ ਮੈਂ ਪੁੱਤਰ ਹਾਂ। ਤਾਂ ਉਸ ਦੇ ਹੁੰਦਿਆਂ ਮੈਂ ਜੋ ਸੱਚੀ ਗਵਾਹੀ ਦਿੱਤੀ ਸੀ ਅਤੇ ਉਸ ਦੇ ਵਿੱਚ 6 ਬੰਦਿਆਂ ਨੂੰ ਸਜ਼ਾ ਹੋਈ। ਤਾਂ ਉਹਨਾਂ ਨੇ ਮੇਰੇ ਦੇ ਉਸ ਤੋਂ ਬਾਅਦ ਇਹ ਸੋਚ ਲਿਆ ਕਿ ਇਹਨੂੰ ਮਾਰਨਾ ਹੈ। ਇਲੈਕਸ਼ਨ ਤੋਂ ਬਾਅਦ 19/3/12 ਨੂੰ ਮੈਨੂੰ ਖੇਤ ਵੀ ਮੇਰੇ 'ਤੇ ਇੱਕ ਬਹੁਤ ਵੱਡਾ ਹਮਲਾ ਹੋਇਆ ਸੀ। ਤਾਂ ਉਦੋਂ ਮੈਂ 100 ਨੰਬਰ 'ਤੇ ਕਾਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਮੈਂ ਇਸ ਤਰ੍ਹਾਂ ਅਗਵਾਹ ਸੀ ਅਤੇ ਮੈਨੂੰ ਖੇਤ ਮਾਰਨ ਪਹੁੰਚ ਗਏ ਆ। ਮੈਂ ਉੱਥੋਂ ਭੱਜ ਕੇ ਆਪਦੇ ਖੇਤ ਦੇ ਵਿੱਚ ਟਰੈਕਟਰ ਛੱਡ ਕੇ ਪਿਛਾਂ ਹਟ ਕੇ ਜਾਨ ਬਚਾਈ ਸੀ। ਉਸ ਤੋਂ ਬਾਅਦ ਮੈਂ SHO ਸਾਹਿਬ, DSP ਸਾਹਿਬ, ਇਹਨਾਂ ਨੂੰ ਮੈਂ ਸਾਰਿਆਂ ਨੂੰ ਐਪਲੀਕੇਸ਼ਨਾਂ ਦਿੱਤੀਆਂ ਕਿ ਮੇਰੇ ਪਰਿਵਾਰ ਦੀ ਜਿਹੜੀ ਜਾਨ ਖਤਰੇ ਵਿੱਚ ਹੈ। ਫਿਰ ਮੈਂ 23/12 SP ਸਾਹਿਬ ਦੇ ਦਫ਼ਤਰ ਗਿਆ ਐਪਲੀਕੇਸ਼ਨ ਲੈ ਕੇ। ਉੱਥੇ SSP ਸਾਹਿਬ ਤਾਂ ਚਲੇ ਗਏ, ਉਹਨੇ ਥਾਂ 'ਤੇ ਬਲਜੀਤ ਸਿੰਘ ਸਿੱਧੂ SPD ਮੌਜੂਦ ਸੀ। ਉਹਨਾਂ ਨੂੰ ਮੈਂ ਸਣੇ ਉਸ ਕੇਸ ਦੀਆਂ ਜਿਹੜੀਆਂ ਉਹਨਾਂ ਨੂੰ ਸਜ਼ਾ ਵਾਲੀਆਂ ਕਾਪੀਆਂ, FIR ਦੀ ਕਾਪੀ, ਸਾਰਾ ਕੁਝ ਦੱਸਿਆ। ਉਹਨਾਂ ਨੇ ਥਾਣਾ ਕੋਟ ਭਾਈ ਨੂੰ ਲਿਖਤਾ। ਥਾਣਾ ਕੋਟ ਭਾਈ ਦੀ ਜਿਹੜੀ ਪੁਲਿਸ ਆ ਉਹ ਰਾਜੇ ਬਿਲਡਿੰਗ ਦੇ ਤਹਿਤ ਇਹ ਜਿੰਨੇ ਗੁੰਡੇ ਉਹਦੇ ਨਾਲ ਰਲੇ ਹੋਏ ਆ, ਉਹਦੀ ਸਹਿਤ ਸਾਰਾ ਕੁਝ ਸਾਡੇ ਤੋਂ ਤਸ਼ੱਦਦ ਹੋ ਜਾਂਦਾ। ਮੈਂ ਉਹਨਾਂ ਨੂੰ 23 ਨੂੰ ਮਿਲਿਆ ਸੀ। ਨਹੀਂ, ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਦਾ, ਫਿਰ ਮੈਂ 29/12 ਨੂੰ ਦੁਬਾਰੇ ਐਪਲੀਕੇਸ਼ਨ ਲੈ ਕੇ SSP ਸਾਹਿਬ ਬਲਜੋਤ ਸਿੰਘ ਰਾਠੌੜ ਨੂੰ ਮਿਲਿਆ। ਉਹਨਾਂ ਨੂੰ ਸਪੀਡ ਪੋਸਟ ਵੀ ਕੀਤੀਆਂ ਮੈਂ। ਉਹਨਾਂ ਨੇ ਵੀ ਥਾਣਾ, ਉਦੋਂ ਬਲਜੀਤ ਸਿੰਘ ਸਿੱਧੂ ਅਤੇ ਦੋਨੇ ਬੈਠੇ ਸੀ, ਇਹਨਾਂ ਨੇ ਥਾਣਾ ਕੋਟ ਭਾਈ ਨੂੰ ਸਿੱਧੀ ਡਾਇਰੈਕਟ ਇਹਨਾਂ ਨੇ ਕਹਿ ਦਿੱਤੀ। ਮੈਂ ਮੇਰੀ ਕਿਸੇ ਵੇਲੇ ਵੀ ਮੇਰਾ ਮਰਡਰ ਹੋ ਸਕਦਾ, ਇਹ ਕੋਟ ਭਾਈ ਵਾਲਿਆਂ ਨੇ ਕੀਤਾ ਹੀ ਕੁਛ ਨਹੀਂ। ਉਸ ਤੋਂ ਬਾਅਦ ਮੈਂ IG DIG ਨੂੰ ਇਹ 23/12 ਨੂੰ ਮੈਂ ਸਾਰਿਆਂ ਨੂੰ ਪੋਸਟ ਕੀਤੀਆਂ ਸੀ। ਸਾਰੀਆਂ ਐਪਲੀਕੇਸ਼ਨਾਂ ਕੋਟ ਭਾਈ ਵਾਲਿਆਂ ਨੇ ਨੱਪ ਲਈਆਂ। ਆਖਰ ਨੂੰ ਜਿਹੜਾ ਇਹ ਮੇਰਾ 24 ਤਰੀਕ ਨੂੰ ਮੈਂ ਆਪਣੀ ਸਾਰੀ ਜ਼ਮੀਨ ਠੇਕੇ ਦੇ ਚੁੱਕਾ, ਸਾਰਾ ਬਿਜ਼ਨਸ ਮੇਰਾ ਠੱਪ ਹੋ ਚੁੱਕਾ। ਮੈਂ ਹਾਈਕੋਰਟ ਦੇ ਵਿੱਚ ਵੀ ਮੈਂ ਅਪੀਲ ਪਾਈ ਹੋਈ ਹੈ। ਤਾਂ ਮੈਨੂੰ ਆ 24 ਤਰੀਕ ਨੂੰ ਬਿਨਾਂ ਕਿਸੇ ਜੁਰਮ ਤੋਂ ਮੇਰੇ ਥਾਂ ਦੇ ਵਿੱਚ ਰੂੜੀ ਲੱਗੀ ਹੋਈ ਹੈ, ਜੋ ਕਿ ਮੈਂ ਮੁੱਲ ਲਿਆ ਹੋਇਆ ਉਹਦਾ। ਮੇਰੇ ਕੋਲ ਇਸਟਾਮ ਦੇ ਉੱਤੇ ਆਬਾਦੀ ਵਾਲੀ ਜਗ੍ਹਾ ਦੀ ਰਜਿਸਟਰੀ ਨਹੀਂ ਹੁੰਦੀ, ਉਹਦਾ ਮੇਰੇ ਕੋਲ ਇਸਟਾਮ ਹੈ। ਉਸ ਦੇ ਦੋਸ਼ ਦੇ ਵਿੱਚ ਸਰ ਜਿਹੜਾ ਅਮਰ ਸਿੰਘ ਹੈ ਜਿਹਨੂੰ ਕੈਦ ਹੋਈ ਹੈ, ਉਹਦੇ ਘਰ ਦਾ ਸਾਹਮਣਾ ਪੈਂਦਾ। ਉਸ ਤੋਂ ਦਰਖਾਸਤ ਦਵਾ ਕੇ ਮੈਨੂੰ ਨਜਾਇਜ਼ ਤਰੀਕੇ ਨਾਲ ਚੱਕ ਲਿਆ ਤਾਂ ਮੇਰੇ 'ਤੇ ਅੰਨਾ ਧੁੰਦ ਤਸ਼ੱਦਦ ਕੀਤੀ ਹੈ। ਮੈਨੂੰ ਧੀਆਂ ਭੈਣਾਂ ਦੀਆਂ ਗਾਲਾਂ ਕੱਢੀਆਂ, ਮੈਨੂੰ
ਘੱਟੋ ਘੱਟ 6 ਬੰਦਿਆਂ ਦੇ ਪੁਲਿਸ ਵਾਲਿਆਂ ਨੇ, ਕ੍ਰਿਸ਼ਨ ਸਿੰਘ, ਕ੍ਰਿਸ਼ਨ ਕੁਮਾਰ ਜਿਹੜਾ SHO, ਉਹਨੇ ਮੈਨੂੰ ਬਾਹਾਂ ਤੋਂ ਫੜ ਲਿਆ, ਦੋ ਜਣਿਆਂ ਨੇ ਮੇਰੇ ਮੂੰਹ ਕੁੱਟਿਆ, ਚਪੇੜਿਆਂ ਦਾ ਘੱਟੋ ਘੱਟ 50-60 ਚਪੇੜੇ ਮਾਰੇ ਇਹਨੇ, ਮੇਰੇ ਮੂੰਹ ਸਾਰਾ ਹਿਲਾ ਤਾ, ਫਿਰ ਮੇਰੀ ਪੱਗ ਢਾਹ ਕੇ ਇਹਨਾਂ ਨੇ ਪਰੇ ਵੈਲਸ ਰੂਮ ਨੂੰ ਸੁੱਟ ਦਿੱਤੀ, ਤਾਂ ਦੋ ਜਣਿਆਂ ਨੇ ਮੇਰੀਆਂ ਬਾਹਾਂ ਫੜ ਲਈਆਂ, ਦੋ ਜਣੇ ਮੇਰੇ ਗਿੱਚੀ ਦੇ ਵਿੱਚ ਉਹਨਾਂ ਚਿਰ ਲੱਪੜ ਮਾਰਦੇ ਰਹੇ ਜਿੰਨਾ ਚਿਰ ਮੈਂ ਬੇਹੋਸ਼ ਨਹੀਂ ਹੋ ਗਿਆ। ਤੂੰ ਬਾਹਰ ਚ ਰੂੜੀ ਲਾਈ ਆ ਤਾਂ ਮੈਨੂੰ ਧੀਆਂ ਭੈਣਾਂ ਦੀਆਂ ਗਾਲਾਂ ਕੱਢ ਕੇ, ਮੈਨੂੰ ਗੰਦੀਆਂ ਗਾਲਾਂ ਕੱਢ ਕੇ, ਤੇਰੇ ਮੈਂ ਉੱਥੇ ਡਾਂਗ ਦੇ ਦੂੰ, ਇਸ ਤਰ੍ਹਾਂ ਦੀਆਂ ਗੱਲਾਂ ਕਰਦਾ। ਹਾਂਜੀ ਗਏ ਸੀਗੇ ਜੀ ਇਹ ਮੇਰੇ ਮਗਰ, ਜਦੋਂ ਮੈਨੂੰ ਇਹਨਾਂ ਨੇ ਤੜਕੇ 8 ਵਜੇ ਅਰੈਸਟ ਕੀਤਾ ਤਾਂ ਮੇਰੇ ਬੇਟੀ, ਮੇਰੇ ਘਰ ਵਾਲੀ, ਮੇਰੀ ਮਾਤਾ, ਮੇਰਾ ਭਾਈ, ਇਹ ਰੌਲਾ ਪਾਉਣ ਲੱਗੇ ਵੀ ਤੁਸੀਂ ਕਿਸ ਚੀਜ਼ 'ਚ ਲੈ ਕੇ ਚੱਲੇ ਹੋ ਇਹਨਾਂ ਨੂੰ, ਸਾਨੂੰ ਇਹ ਕੋਈ ਨਹੀਂ ਦੱਸਿਆ ਗਿਆ ਵੀ ਇਹਦੇ ਉੱਤੇ ਕੀ ਦਰਖਾਸਤ ਹੈ, ਕੁਛ ਨਹੀਂ। ਉਹ ਕਹਿੰਦੇ SHO ਸਾਹਿਬ ਦਾ ਹੁਕਮ ਹੈ, ਉੱਥੇ ਕਮੰਦਰ ਸਿੰਘ, ਗੁਰਤੇਜ ਸਿੰਘ ਜਿਨ੍ਹਾਂ ਦੀ ਨੰਬਰ ਪਲੇਟਾਂ ਲੱਗੀਆਂ ਹੋਈਆਂ ਸੀ, ਅਤੇ ਦੂਸਰੇ ਜਿਹੜੇ 4 ਬੰਦੇ ਹੋਰ ਸੀ ਜਿਨ੍ਹਾਂ ਨੂੰ ਮੈਂ ਮੌਕਾ ਪੈਣ 'ਤੇ ਸਾਹਮਣੇ ਆਉਣ 'ਤੇ ਪਛਾਣ ਸਕਦਾ। ਕਿੰਨੀ ਤਰੀਕ ਨੂੰ ਫੈਸਲਾ ਆਇਆ, ਜਿਹੜਾ ਜਿਹੜੇ ਫੈਸਲੇ ਦੇ ਵਿੱਚ ਤੁਹਾਡੀ ਗਵਾਹੀ ਸੀਗੀ, ਇਹਨਾਂ ਦੇ ਵਿਰੁੱਧ ਫੈਸਲਾ ਆਇਆ, ਜਿਹੜੀ ਧਿਰ ਦੇ ਵਿਰੁੱਧ ਕਦੋਂ ਆਇਆ? ਇਹ 10ਵੇਂ ਮਹੀਨੇ ਦੇ ਵਿੱਚ ਹੋਇਆ ਇਹ ਮੇਰੇ ਕੋਲ, ਹੁਣ ਉਹਦੀ ਕਾਪੀ 'ਤੇ ਲਿਖਿਆ ਮੇਰੇ ਇੰਨਾ ਯਾਦ ਨਹੀਂ ਰਿਹਾ। ਮੈਂ ਇਸ ਟਾਈਮ ਬਹੁਤ ਪਜਲ ਹੋਇਆ ਵਾ, ਮੇਰੇ ਸਿਰ ਦੇ ਵਿੱਚ ਬਹੁਤ ਜ਼ਿਆਦਾ, ਵੀ ਜੋ ਬੋਲਦਾ ਮੇਰੇ ਸਿਰ 'ਚ ਬਹੁਤ ਪੇਨ ਹੁੰਦੀ ਹੈ, ਤਾਂ ਕੁੱਟਣ ਦਾ ਕਾਰਨ ਤੇ ਜੀ ਇਹ ਸਾਰੇ ਜਿਹੜੇ ਇਹਨਾਂ ਨੇ ਰਾਜੀ ਬਿਲਡਿੰਗ ਨੂੰ ਵੋਟਾਂ ਇਹਨਾਂ ਗੁੰਡਿਆਂ ਨੇ ਤਾਂ ਪਾਈਆਂ ਸੀ ਕਿ ਅਸੀਂ ਇਸ ਬੰਦੇ ਨੂੰ ਮਾਰਨਾ, ਇਹਨੂੰ ਪਿੰਡ 'ਚੋਂ ਕੱਢਣਾ। ਜਿਹੜੀ ਉਹ ਜਗ੍ਹਾ ਸੀਗੀ ਛੱਪੜ ਵਾਲੀ, ਉਹ ਕੀ ਸੀਗੀ, ਉਹ ਕਿਹਦੀ ਸੀਗੀ? ਉਹ ਪੰਚਾਇਤੀ ਜਗ੍ਹਾ ਸੀਗੀ, ਉਹਦੇ ਵਿੱਚ ਛੱਪੜ ਦੀ 4 ਦੀਵਾਰੀ ਮਨਜ਼ੂਰ ਹੋਈ ਸੀ, ਉਹਦਾ ਮੇਰੇ ਦਾਦਾ ਜੀ ਦੇ ਨਾਂ 'ਤੇ ਉਹ ਗ੍ਰਾਂਟ ਪਾਸ ਹੋਈ ਸੀ ਸੁਤੰਤਰਤਾ ਸੈਨਾਨੀ ਦੀ, ਤਾਂ ਉਹਦੇ ਵਿੱਚ ਅਸੀਂ ਮੌਕੇ 'ਤੇ ਜਾਂਦੇ ਆਉਂਦੇ ਸਾਂ, ਉਹਦੀ ਦੇਖ ਰੇਖ ਵੀ ਕਰਦੇ ਸਾਂ। ਕੀ ਮੰਗ ਕੀ ਕਰਦੇ ਸਰਕਾਰ ਤੋਂ? ਕਾਂਗਰਸ ਸਰਕਾਰ ਬੜੇ ਦਾਅਵੇ ਕਰ ਰਹੀ ਸੀ ਇਨਸਾਫ ਦੇ, ਮੰਗਿਆ ਕਰ ਰਹੀ। ਕੋਈ ਇਨਸਾਫ ਨਹੀਂ ਜਦੋਂ ਸੁਤੰਤਰਤਾ ਸੈਨਾਨੀਆਂ ਦੇ ਪਰਿਵਾਰ ਦੇ ਉੱਤੋਂ। ਹੁਣ ਮੈਨੂੰ ਖਤਰਾ ਕਿ ਮੇਰੇ ਭਾਈ ਨੂੰ ਜਾਂ ਮੇਰੇ ਹੋਰ ਕਿਸੇ ਪਰਿਵਾਰ ਦੇ ਜਿਹਦੇ ਉੱਤੇ ਇੰਨਾ ਤੁਹਾਨੂੰ ਹੱਦ ਹੋ ਸਕਦੀ ਹੈ। ਥਾਣੇ 'ਚ ਕਿੰਨਾ ਚਿਰ ਰੱਖਿਆ ਤੁਹਾਨੂੰ? ਮੈਨੂੰ ਜੀ ਇਹਨਾਂ ਨੇ ਘੱਟੋ ਘੱਟ 32 ਘੰਟਿਆਂ ਦੇ ਲਗਭਗ ਰੱਖਿਆ ਗਿਆ। ਕਿੰਨਾ ਚਿਰ ਟੌਰਚਰ ਕਰਦੇ? ਮੈਨੂੰ ਇਹਨਾਂ ਨੇ ਇੱਕ ਵਾਰੀ ਪਹਿਲ ਤਾਂ ਜਾਣ ਸਾਰੀ ਇਹਨੇ ਕੁੱਟਿਆ, ਉਸ ਤੋਂ ਬਾਅਦ ਜਦੋਂ ਪਿੰਡ ਦੀ ਪੰਚਾਇਤ ਆ ਗਈ ਮੇਰੇ ਮਗਰ, ਮੋਹਤਵਾਰ ਬੰਦੇ ਗਏ ਇਹਨਾਂ ਨੂੰ ਕਹਿੰਦਾ ਵੀ, ਬਹੁਤ ਉਡੀਕ ਕਰਨ ਤੋਂ ਬਾਅਦ ਫਿਰ ਮੈਨੂੰ ਬੁਲਾ ਲਿਆ। ਉਹਦੇ ਵਿੱਚ ਸਰਦਾਰ ਗੁਰਦੀਪ ਸਿੰਘ, ਸੈਨਪ ਚੰਦ ਸਿੰਘ ਅਤੇ ਬਲਦੇਵ ਸਿੰਘ, ਸਾਬਕਾ ਸਰਪੰਚ, ਉਹਨਾਂ ਦੇ ਪਿਤਾ ਨਾਂ ਹਰਬੰਸ ਸਿੰਘ ਅਤੇ ਪਿਆਰਾ ਸਿੰਘ। ਤੁਸੀਂ ਹੁਣ ਕਿਸੇ, ਤੁਸੀਂ ਮੰਗ ਕੀ ਕਰਦੇ ਹੈਗੇ ਅੱਗੋਂ, ਤੁਹਾਡੀ ਪੁਲਿਸ ਤੋਂ ਕੀ ਮੰਗ ਹੈਗੀ, ਇਹਦੇ ਕੀ ਤੁਸੀਂ ਚਾਹੁੰਦੇ? ਇਸ ਦੀ ਪੂਰੀ ਛਾਣਬੀਣ ਕਰਕੇ ਜਿਹੜੇ ਦੋਸ਼ੀ ਉਹਨੂੰ ਸਜ਼ਾ ਦਿੱਤੀ ਜਾਵੇ, ਤਾਂ ਜਿਹੜੀ ਸਾਡੇ ਜਿੰਨੀ ਜਾਨ ਮਾਲ ਦੀ ਹੈ ਜਾਂ ਮੇਰੇ ਪਰਿਵਾਰ ਦੀ ਰੱਖਿਆ ਕੀਤੀ ਜਾਵੇ, ਜਾਂ ਸਾਨੂੰ ਕਿਸੇ ਹੋਰ ਸਟੇਟ ਦੇ ਵਿੱਚ ਸ਼ਿਫਟ ਕਰ ਦਿੱਤਾ ਜਾਵੇ। ਓਕੇ।
ਬਾਈ ਜੀ ਰਣਵੀਰ ਸਿੰਘ ਮੇਰਾ ਨਾਮ ਹੈ, ਮਦੀਰ ਮੇਰਾ ਪਿੰਡ ਹੈ। ਸਾਡੇ ਦੋ ਮੇਰੇ ਦਾਦਾ ਜੀ ਸੀਗੇ, ਇੱਕ ਨੂੰ ਭਰਾ ਸੀਗੇ, ਸੁਤੰਤਰਤਾ ਸੈਨਾਨੀ ਸੀਗੇ ਜੀ। ਅੱਜ ਸਾਨੂੰ ਉਸ ਗੱਲ ਦੀ ਬੜੀ ਸ਼ਰਮ ਮਹਿਸੂਸ ਹੋ ਰਹੀ ਹੈ ਕਿ ਉਹਨਾਂ ਨੇ ਉਦੋਂ ਵੀ ਕੁੱਟਾਂ ਖਾਧੀਆਂ ਅਤੇ ਦੇਸ਼ ਨੂੰ ਆਜ਼ਾਦ ਕਰਾਇਆ, ਅਤੇ ਅੱਜ ਵੀ ਸਾਨੂੰ ਪਹਿਲਾਂ ਸ਼ਾਨੋ ਔਰ ਸ਼ੌਹਰਤ ਨਾਲ ਰੱਖਣਾ ਚਾਹੀਦਾ ਸੀਗਾ, ਅਤੇ ਅੱਜ ਵੀ ਸਰਕਾਰ ਸਾਡੇ 'ਤੇ ਪੂਰਾ ਦਬਾਅ ਪਾ ਕੇ ਸਾਨੂੰ ਕੁੱਟ ਰਹੀ ਹੈ। ਕੁੱਟ ਕਿਉਂ ਰਹੀ ਹੈ ਕਿ ਉਹਨਾਂ 'ਤੇ ਵੀ ਕੁੱਟਾਂ ਇਸੇ ਕਰਕੇ ਪੈਂਦੀਆਂ ਰਹੀਆਂ ਕਿਉਂਕਿ ਉਹ ਅੰਗਰੇਜ਼ ਸਰਕਾਰ ਦੇ ਖਿਲਾਫ ਸਨ, ਅਤੇ ਅਸੀਂ ਵੀ ਅੱਜ ਹਮੇਸ਼ਾ ਸੱਚ ਦੇ ਨਾਲ ਖੜ੍ਹਦੇ ਹਾਂ। ਤਾਂ ਅਸੀਂ ਇੱਕ ਸੱਚੀ ਅਗਵਾਈ ਹੋਈ ਸੀ ਪਿੰਡ ਵਿੱਚ, ਕੋਈ ਛੱਪੜ ਦੀ ਗ੍ਰਾਂਟ ਆਈ ਸੀਗੀ, ਤਾਂ ਉਹਦੇ 'ਚ ਸੱਚ ਦੀ ਅਗਵਾਈ ਸੀਗੀ, ਜੋ ਕੁਛ ਹੋਇਆ ਸੀ ਉਹ ਬਿਆਨ ਕੀਤਾ, ਅਤੇ ਉਹਦੇ ਵਿੱਚ ਦੋਸ਼ੀਆਂ ਨੂੰ 6 ਬੰਦੇ ਆ ਉਹਨਾਂ ਨੂੰ ਕੈਦ ਹੋ ਗਈ, ਅਤੇ ਉਸ ਕੈਦ ਦੀ ਰੰਜਿਸ਼ ਨਾਲ ਸਾਨੂੰ ਇਹ ਮਾਰਨ ਦੀਆਂ ਧਮਕੀਆਂ ਵੀ ਦਿੰਦੇ ਆ, ਅਤੇ ਉਸ ਤੋਂ ਬਾਅਦ ਜਦੋਂ ਉਹ ਕੈਦ ਹੋ ਗਏ ਤਾਂ ਇਹ ਕ੍ਰਿਸ਼ਨ ਕੁਮਾਰ ਜਿਹੜਾ SHO ਇਹ ਉਹਨਾਂ ਦਾ ਬਹੁਤ ਹੀ ਨਜ਼ਦੀਕੀ ਮਿੱਤਰ ਪਿਆਰਾ। ਇਹ ਹੈਗਾ ਜੀ, ਇੱਕ ਤਾਂ ਗੁਰਤਾਰ ਸਿੰਘ ਹੈ ਜੀ, ਅਤੇ ਗੁਰਤਾਰ ਸਿੰਘ, ਅਮਰ ਸਿੰਘ, ਗੁਰਜੰਟ ਸਿੰਘ ਜੀ, ਅਤੇ ਰਾਜਪਾਲ ਸਿੰਘ ਜੀ, ਅਤੇ ਗੁਰਜੀਤ ਸਿੰਘ, ਅਤੇ ਸੁਖਦੀਪ ਸਿੰਘ ਜੀ। ਇਹ ਕਹਿੰਦੇ ਜੀ ਤੁਸੀਂ ਸਾਡੇ 'ਤੇ ਅਗਵਾਈ ਦਿੱਤੀ ਹੈ ਅਤੇ ਅਸੀਂ ਤੁਹਾਨੂੰ ਛੱਡਣਾ ਨਹੀਂ। ਸਾਨੂੰ ਪਹਿਲਾਂ ਤਾਂ ਉਸ ਦਿਨ ਤੋਂ ਹੀ ਕਹਿਣ ਲੱਗ ਗਏ ਸੀਗੇ, ਕਹਿੰਦੇ ਵੀ ਤੁਸੀਂ ਅਗਵਾਈ ਤਾਂ ਦੇਤੀ ਹੈ ਪਰ ਤੁਸੀਂ ਇਹ ਗੱਲ ਨਾਲ ਤੁਹਾਨੂੰ ਇੱਕ ਦਿਨ ਪਛਤਾਉਣਾ ਪਊਗਾ। ਮੇਰੇ ਭਾਈ ਨੂੰ ਜੀ ਪੁਲਿਸ ਆਈ ਤੜਕੇ, ਸੁਬਾਹ 8 ਦਾ ਟਾਈਮ ਸੀਗਾ, ਕੋਟ ਭਾਈ ਪਟਵਾਰੀ ਥਾਣੇ ਦੀ ਪੁਲਿਸ ਸੀਗੀ ਜੀ, ਅਤੇ ਉਹਨਾਂ ਨੇ ਇੱਕੋ ਹੀ ਗੱਲ ਕੀਤੀ ਵੀ ਜਗਰੂਪ ਸਿੰਘ ਨੂੰ ਲੈ ਕੇ ਜਾਣਾ। ਅਸੀਂ ਪੁੱਛਿਆ ਵੀ ਇਹਨਾਂ ਦੇ ਖਿਲਾਫ ਕੀ ਹੈ, ਕਹਿੰਦੇ ਸਾਨੂੰ ਕੁਛ ਨਹੀਂ ਪਤਾ, SHO ਸਾਹਿਬ ਨੇ ਬੁਲਾਇਆ, ਬਸ ਉਹਦਾ ਹੁਕਮ ਹੈ। ਅਸੀਂ ਕਿਹਾ ਸਾਨੂੰ ਕੁਛ ਤਾਂ ਦਿਖਾਓ, ਅਸੀਂ ਕਿਹਾ ਬੰਦਾ ਅਸੀਂ ਪੇਸ਼ ਕਰ ਦਿਆਂਗੇ, ਲੈ ਕੇ ਆ ਜਾਵਾਂਗੇ, ਪਰ ਉਹਨਾਂ ਨੇ ਸਾਡੀ ਗੱਲ ਨਹੀਂ ਸੁਣੀ ਗੀ। ਕਹਿੰਦੇ ਨਹੀਂ ਜੀ ਅਸੀਂ ਮਜਬੂਰ ਹਾਂ, ਸਾਨੂੰ SHO ਗਾਲਾਂ ਕੱਢ ਰਿਹਾ, ਉਹਨਾਂ ਨੇ ਸਾਨੂੰ ਇਹ ਵੀ ਕਿਹਾ ਅਸੀਂ ਛੱਡ ਕੇ ਨਹੀਂ ਜਾ ਸਕਦੇ। ਪੰਚਾਇਤ ਮੈਂਬਰ ਵੀ ਸੀਗੇ ਮੁੱਖ ਮੰਦਰ ਸਿੰਘ, ਉਹ ਕਹਿੰਦਾ ਜੀ ਮੈਂ ਅੱਗੇ ਲੈ ਕੇ ਆਇਆ ਨਾ, ਮੈਂ ਕੋਈ ਚੱਕਰ ਨਹੀਂ ਗਿਆ, ਅਸੀਂ ਸਾਡੇ ਕੁਛ ਹੋਰ ਥੋੜ੍ਹੇ ਹਾਂ ਜੀ, ਅਸੀਂ ਵੀ ਉਹ ਜਾ ਜਾਵਾਂਗੇ, ਪਰ ਨਹੀਂ ਜੀ ਸਾਡੀ ਉਹਨੇ ਗੱਲ ਨਹੀਂ ਸੁਣੀ। ਕਹਿੰਦੇ ਜੀ ਅਸੀਂ ਲੈ ਕੇ ਜਾਣਾ। ਕੀ ਹੋਇਆ ਥਾਣੇ 'ਚ? ਥਾਣੇ 'ਚ ਲੈ ਗਏ ਜੀ ਉਹਨੂੰ, ਜਦੋਂ ਲੈ ਗਏ ਉਹਨੂੰ ਟੋਰਚਰ ਕਰਦੇ ਰਹੇ, ਉਸ ਤੋਂ ਬਾਅਦ ਸਾਨੂੰ ਉਹਨੂੰ ਮਿਲ ਨਹੀਂ ਦਿੱਤਾ ਜੀ। ਹੁਣ ਤੁਹਾਡੀ ਮੰਗ ਕੀ ਹੈਗੀ? ਸਾਡੀ ਮੰਗ ਤਾਂ ਇਹੀ ਹੈ ਜੀ, ਅਤੇ ਸੁਤੰਤਰਤਾ ਸੈਨਾਨੀਆਂ ਨੇ ਪਹਿਲਾਂ ਵੀ ਕੁੱਟ ਪੈਂਦੀ ਸੀ, ਸਾਡੇ ਦਾਦਿਆਂ ਨੇ ਵੀ ਕੁੱਟ ਕਰਦੀ, ਅਸੀਂ ਵੀ ਕੁੱਟ ਕਰ ਰਹੇ ਹਾਂ। ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ? ਕੀ ਹੋਣਾ ਕੀ ਚਾਹੀਦਾ ਹੈਗਾ ਤੁਹਾਡੇ ਨਾਲ? ਪ੍ਰਸ਼ਾਸਨ ਦਾ ਸਾਨੂੰ ਇਹ ਤੱਕ ਕੋਈ ਸਾਨੂੰ ਕੋਈ ਭਰੋਸਾ ਹੀ ਨਹੀਂ ਰਿਹਾ ਹੈਗਾ ਜੀ। ਸਾਡੀ ਜ਼ਮੀਨ ਅਸੀਂ ਠੇਕੇ 'ਤੇ ਦੇ ਚੁੱਕੇ ਹਾਂ ਜੀ ਸਾਰੀ, ਸਾਡਾ ਸਾਰਾ ਬਿਜ਼ਨਸ ਚੌਪਟ ਹੋ ਚੁੱਕਿਆ, ਪਸ਼ੂ ਸਾਡੇ ਅੱਜ ਭੁੱਖੇ ਮਰ ਰਹੇ, ਸਾਡਾ ਡੇਅਰੀ ਫਾਰਮ ਹੈ ਛੋਟਾ ਜਿਹਾ। ਹਸਪਤਾਲ 'ਚ ਜਦੋਂ ਤੁਸੀਂ ਭਰਤੀ ਹੋਏ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਆਈ? ਦਿੱਕਤ ਬਹੁਤ ਜ਼ਿਆਦਾ ਆਈ ਹੈ ਜੀ, ਸਾਨੂੰ ਡਾਕਟਰ ਇਹੀ ਕਹਿੰਦੇ ਰਹੇ ਆ ਕਿ ਤੁਹਾਡਾ ਮਾਨਾ ਤਾਂ ਕੁਛ ਹੈ ਨਹੀਂ ਗਾ, ਅਸੀਂ ਮਜ਼ਬੂਰ ਹਾਂ, ਅਸੀਂ ਭਰਤੀ ਨਹੀਂ ਕਰ ਸਕਦੇ। ਫਿਰ ਪਿੰਡ ਦੀ ਪੰਚਾਇਤ ਆਈ, ਉਹਨਾਂ ਨੇ ਇੱਕੋ ਹੀ ਕਿਹਾ ਅਸੀਂ ਮੀਡੀਆ ਸੱਦਦੇ ਹਾਂ, ਮੀਡੀਆ ਸੱਦ ਕੇ ਅਸੀਂ ਪਿੰਡ ਵਾਲੇ ਸੱਦਦੇ, ਅਸੀਂ ਇਕੱਠ ਕਰਕੇ ਅਸੀਂ ਧਰਨਾ ਦੇਵਾਂਗੇ। ਇਸ ਪ੍ਰੈਸ਼ਰ ਨਾਲ ਪੰਚਾਇਤ ਨੇ ਉਹਨੂੰ ਦੁੱਧ ਰੈਫਰ ਕੀਤਾ ਜੀ, ਦਾਖਲ ਕੀਤਾ ਜੀ, ਮੁੜ ਕੇ ਇੱਥੇ ਆਏ ਸੀ, ਇੱਥੇ ਸਾਨੂੰ ਰੈਫਰ ਕਰਤਾ ਜੀ ਮੁਕਤਸਰ ਸਾਹਿਬ ਸਿਵਲ ਹਸਪਤਾਲ 'ਚ। ਜਿਹੜੀ ਦੂਜੀ ਧੇੜ ਆ ਜਿਹੜੀ ਤੁਸੀਂ ਕਹਿੰਦੇ ਹੋ ਜਿਨ੍ਹਾਂ ਨੇ ਕੁਛ ਕੀਤਾ ਹੈਗਾ, ਕਿਹਦੇ ਨਾਲ ਸੰਬੰਧਿਤ ਆ, ਕੀ ਹੈਗਾ ਉਹ? ਉਹ ਰਾਜੇ ਵੜਿੰਗ ਨਾਲ ਸੰਬੰਧਿਤ ਹੈ ਜੀ, ਸਾਨੂੰ ਇਹ ਕਹਿ ਰਹੇ ਕਿ ਤੁਸੀਂ ਅਕਾਲੀ ਦਲ ਦੇ ਨਾਲ ਖੜ੍ਹੇ ਹੋ। ਅਸੀਂ ਹਾਲਾਂਕਿ ਕਿਸੇ ਅਕਾਲੀ ਸਰਕਾਰ ਨਾਲ ਨਹੀਂ ਖੜ੍ਹਨਾ ਚਾਹੁੰਦੇ, ਅਸੀਂ ਆਜ਼ਾਦ ਹਾਂ, ਸਾਡੇ ਬਜ਼ੁਰਗਾਂ ਨੇ ਆਜ਼ਾਦੀਆਂ ਲੜੀਆਂ, ਅਸੀਂ ਹਰ ਇੱਕ ਸਰਕਾਰ ਨੂੰ ਸਨਮਾਨ ਦਿੰਦੇ ਹਾਂ, ਪਰ ਇਹ ਸਾਡੇ ਨਾਲ ਪਹਿਲੀ ਵਾਰ ਹੋਇਆ ਜੋ ਇਹ ਰਾਜੇ ਵੜਿੰਗ ਨੇ ਹੀ ਕਰਵਾਇਆ।
ਜਿਹੜਾ ਮਦੇਰ ਪਿੰਡ ਦਾ ਤੁਸੀਂ ਮਸਲਾ ਦੱਸ ਰਹੇ ਆ, ਇਹ ਦੋ ਪਾਰਟੀਆਂ ਦਾ ਆਪਸ 'ਚ ਰੂੜੀ ਕਰਕੇ ਇਹਨਾਂ ਦਾ ਡਿਸਪਿਊਟ ਹੈਗਾ ਦੋ ਪਾਰਟੀਆਂ ਦਾ। ਦੋਨੋਂ ਪਾਰਟੀਆਂ ਨੂੰ SHO ਨੇ ਥਾਣੇ ਬੁਲਾਇਆ ਸੀ ਅਤੇ ਉਹਨਾਂ ਦੇ ਪ੍ਰੀਵੈਂਟਿਵ ਐਕਸ਼ਨ ਲਏ ਆ। ਅਤੇ ਜਿਸ ਬੰਦੇ ਨੇ ਤੁਸੀਂ ਦੱਸ ਰਹੇ ਹੋ ਜਗਰੂਪ, ਜਿਹੜੇ ਤੁਸੀਂ ਦੱਸ ਰਹੇ ਵੀ ਕੁੱਟਿਆ ਮਾਰਿਆ ਹੈਗਾ SHO ਨੇ, SHO ਨੇ ਉਹਦੀ ਪ੍ਰੀਵੈਂਟਿਵ ਐਕਸ਼ਨ ਲੈ ਕੇ ਅਰੈਸਟ ਕਰਿਆ, ਉਹਦਾ ਮੈਡੀਕਲ ਕਰਾਇਆ, ਉਹਨੂੰ SDM ਦੇ ਪੇਸ਼ ਕਰਿਆ। ਅਤੇ ਜੇ ਫਿਰ ਵੀ ਕੋਈ ਉਹਦੇ ਵੱਲੋਂ ਕੋਈ ਇਸ ਤਰ੍ਹਾਂ ਦੀ ਡਿਊਟੀ ਪ੍ਰਤੀ ਕੁਤਾਹੀ ਵਰਤੀ ਗਈ ਹੈ ਤਾਂ ਮੈਂ DSP ਗਿੱਦੜਵਾਹਾ ਦੀ ਡਿਊਟੀ ਲਗਾਈ ਹੈ, ਉਹ ਮਾਮਲੇ ਨੂੰ ਪੂਰੀ ਤਰ੍ਹਾਂ ਇਨਵੈਸਟੀਗੇਟ ਕਰਨਗੇ। ਸ਼੍ਰੀ ਮੁਕਤਸਰ ਸਾਹਿਬ ਤੋਂ ਤਰਸੇਮ ਢੁੱਡੀ ਦੀ ਰਿਪੋਰਟ, ਜਗਤ ਸੇਵਕ, ਵੈਬ TV।